ਸ਼ਤਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੋਂ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਤੇ ਮੈਂ ਹਾਂ ਬਲਵਿੰਦਰ ਬਾਬਾ ਤੇ ਲੈ ਕੇ حاضر ਹੋਇਆ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਪਰ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲੇਗਾ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਪੰਜਾਬ ਦੀਆਂ ਜਈਆਂ ਹੋਰ ਵੱਡੀਆਂ ਤਾਜ਼ਾ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤਾਂ ਸ਼ੁਰੂਆਤ ਕਰ ਲੈਣਾ ਜੀ ਪੰਜਾਬ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ ਵੋਡੀ ਖਾਵਰਾਜੀ ਪੰਜਾਬ ਵਿੱਚ ਕੱਚੇ ਦਾਪਕਾ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਤਾਂ ਹਾਂਜੀ ਪੈਰਾਡਸਕੋ ਪੰਜਾਬ ਵਿੱਚ ਕੱਚੇ ਦਾਪਕਾ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਏ ਤੁਹਾਨੂੰ ਦੱਸਦੀ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਸਹਿਰ ਸੰਗਰੂਰ ਵਿਖੇ ਕੱਚੇ ਦਾਪਕਾ ਨੂੰ ਪੱਕਾ ਕਰਨ ਲਈ ਸਰਟੀਫਿਕੇਟ ਵੈਰੀਫਿਕੇਸ਼ਨ ਦਾ ਕੈਂਪ ਲਗਾਇਆ ਗਿਆ ਤੁਹਾਨੂੰ ਦੱਸੇ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਰਾਜ ਕਪੂਰ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਕਈ ਸਾਲਾਂ ਤੋਂ ਤਾਇਨਾਤ ਕੱਚੇ ਦਾਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਦਸਾਂ ਦੇ ਦਸਾਂ ਤੇ ਚੰਗੀ ਤਰ੍ਹਾਂ ਪੱਧਰ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਅਗਲੀ ਵੱਡੀ ਖਬਰ ਹੈ ਜੀ ਪੰਜਾਬ ਸਣੇ ਇਹਨਾਂ ਸੂਬਿਆਂ ਵਿੱਚ ਵੱਸ ਸਕਦੀ ਹੈ ਠੰਡ ਜਾਣੋ ਮੌਸਮ ਦਾ ਹਾਲ। ਤਾ ਹਾਂਜੀ ਪੇਰੇ ਦਰਸ਼ਕੋ ਦੇਸ਼ ਦੇ ਉਤਰੀ ਸੂਬੇ ਵਿੱਚ ਇੱਕ ਵਾਰ ਮੋਰ ਤੋਂ ਠੰਡ ਵੱਸ ਸਕਦੀ ਹੈ ਇੱਕ ਪੱਛਮੀ ਗੜਬੜਾ ਪੂਰੇ ਵੱਲ ਵੱਲ ਰਹੀ ਹੈ ਜਿਸ ਨਾਲ ਉੱਤਰ ਪੱਛਮੀ ਭਾਰਤ ਦੇ ਕਈ ਰਾਜ ਪ੍ਰਭਾਵਿਤ ਹੋਣਗੇ ਤੇ ਠੰਡ ਵੀ ਵਧੇਗੀ ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਪੱਛਮੀ ਹਿਮਾਲੇ ਖੇਤਰ ਵਿੱਚ ਐਤਵਾਰ 12 ਫਰਵਰੀ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਤੇ ਬਰਫ਼ ਰੀ ਹੋਣ ਦੀ ਸੰਭਾਅ ਹੈ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਦੇ ਆਹ ਤਿੰਨ ਟੋਲ ਪਲਾਜ਼ੇ ਹੋ ਸਕਦੇ ਹਨ ਬੰਦਰਸੀਆਂ ਭਗਵੰਤਮਾਨ ਵੱਲੋਂ ਲਿਆ ਜਾਵੇਗਾ ਫੈਸਲਾ ਤਾਂ ਹਾਂਜੀ ਪਿਆਰੇ ਦਰਸ਼ਕੋ ਪੰਜਾਬ ਦੇ ਲੋਕਾਂ ਨਾਲ ਜੁੜੀ ਵੱਡੀ ਖਬਰ ਹੈ ਜੀ ਸੂਬੇ ਦੇ ਤਿੰਨ ਹੋਰ ਟੋਲ ਪਲਾਜ਼ਾ ਬੰਦ ਹੋ ਸਕਦੇ ਨੇ ਸਟੇਟ ਹਾਈਵੇ 24 ਪੰਜਾਬ ਤੇ ਸਤਿਤਾ ਤਿੰਨ ਵੱਖ-ਵੱਖ ਟੋਲ ਪਲਾਜ਼ੇ ਕਰੀਬ 1 ਮਹੀਨੇ ਤੋਂ ਬੰਦ ਪਏ ਨੇ ਇਸ ਦਾ ਕਾਰਨ ਹੈ ਕਿ ਉਹਨਾਂ ਦੀ ਮਿਆਦ 14 ਫਰਵਰੀ 2023 ਨੂੰ ਖਤਮ ਹੋਣ ਜਾ ਰਹੀ ਹੈ ਇਸ ਸੰਬੰਧੀ ਚੰਡੀਗੜ੍ਹ ਤੋਂ ਦਸੂਹਾ ਵਾਇਆ ਬਦਾਚੌਰ ਨੂੰ ਜਾਂਦੇ ਸਮੇਂ ਪਹਿਲਾ ਟੋਲ ਪਲਾਜ਼ਾ ਮਜ਼ਾਰੀ ਦੂਜਾ ਚੱਬੇਵਾਲ ਤੇ ਤੀਜਾ ਮਾਨਗੜ ਪਿੰਡ ਰਸੂਹਾ ਨੇੜੇ ਹੈ ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਦੁਪਹਿਰ 3 ਵਜੇ ਮੁੱਖ ਮੰਤਰੀ ਭਗਵੰਤ ਮਾਨ ਟੋਲ ਕੰਪਨੀ ਤੇ ਪੀਡਬਲਯੂਡੀ ਉਪਰੋਕਤ ਤਿੰਨ ਟੋਲ ਪਲਾਜ਼ਾ ਨੂੰ ਬੰਦ ਕਰਨ ਜਾਂ ਚਲਾਉਣ ਸੰਬੰਧੀ ਉੱਚ ਅਧਿਕਾਰੀ ਨਾਲ ਐ ਮੀਟਿੰਗ ਕਰਨ ਜਾ ਰਹੇ ਨੇ ਜਿਸ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਅਗਲੀ ਖਬਰੋ CBSE ਨੇ ਜਾਰੀ ਕੀਤੇ ਸਖਤ ਹੁਕਮਾਂ ਜੇ ਕੀਤੀ ਇਹ ਗਲਤੀ ਤਾਂ ਦੇਣਾ ਪਵੇਗਾ ਜੁਰਮਾਨਾ ਤਾਂ ਹਾਂਜੀ ਪਰੇ ਦਰਸ਼ਕੋ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਜਾਣੇ ਕਿ CBSE ਨੇ ਇਸ ਵਾਰ ਵੀ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆ ਸਬੰਧੀ ਕਈ ਸਖਤ ਫੈਸਲੇ ਲਾਗੂ ਕੀਤੇ ਨੇ ਇਸੇ ਲਈ ਤਹਿਤ ਆਂਸਰ ਸ਼ੀਟਾਂ ਦੇ ਮੁਲਾਂਕਣ ਸਬੰਧੀ ਸਾਰੇ ਸਕੂਲਾਂ ਨੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜੇਕਰ ਐਗਜ਼ਾਮੀਨਰ ਵੱਲੋਂ ਆਂਸਰ ਸ਼ੀਟ ਦੇ ਮੁਲਾਂਕਣ ਵਿੱਚ ਕੋਈ ਗਲਤੀ ਕੀਤੀ ਜਾਂਦੀ ਆ ਤਾਂ ਉਸ ਲਈ ਬੋਰਡ ਵੱਲੋਂ ਉਸ ਨੂੰ ਜੁਰਮਾਨਾ ਲਾਉਣ ਦੇ ਨਾਲ ਹੀ ਭਵਿੱਖੇ ਵਿੱਚ ਉਸ ਨੂੰ ਪ੍ਰੀਖਿਆ ਮੁਲਾਂਕਣ ਵਿੱਚ ਸ਼ਾਮਲ ਕਰਨ ਤੇ ਪਾਬੰਦੀ ਲਾਈ ਜਾ ਸਕਦੀ ਏ ਤੁਹਾਨੂੰ ਦੱਸੇ ਕਿ 10ਵੀਂ ਦੇ 12ਵੀਂ ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ 10ਵੀਂ ਦੇ ਮੁੱਖ ਵਿਸ਼ੇ ਦੀ ਪ੍ਰੀਖਿਆ 27 ਫਰਵਰੀ ਨੂੰ ਅੰਗਰੇਜ਼ੀ ਤੋਂ ਸ਼ੁਰੂ ਹੋਵੇਗੀ ਜਦਕਿ 12ਵੀਂ ਬੋਰਡ ਦੀ ਪ੍ਰੀਖਿਆ 18 ਫਰਵਰੀ ਨੂੰ ਹਿੰਦੀ ਵਿਸ਼ੇ ਨਾਲ ਸ਼ੁਰੂ ਹੋਵੇਗੀ ਅਗਲੀ ਵੱਡੀ ਖਬਰ ਹੈ ਜੀ ਹੁਣ ਪੜ੍ਹਾਈ ਦੌਰਾਨ ਬੋਰ ਨਹੀਂ ਹੋਣਗੇ ਵਿਦਿਆਰਥੀ ਸਕੂਲਾਂ ਵਿੱਚ ਪੈਰਾਡਾਈਮ ਤਕਨੀਕ ਨਾਲ ਦਿੱਤੀ ਜਾਵੇਗੀ ਸਿੱਖਿਆ ਤਾਂ ਹਾਂਜੀ ਪ੍ਰੇਦਰਸ਼ ਕੋ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿਖਲਾਈ ਵਾਸਤੇ ਸਿੰਗਾਪੁਰ ਗਏ ਸਨ ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਭਾਰਤ ਪਰਤੇ ਆ ਸਿਖਲਾਈ ਲੈ ਕੇ ਆਏ ਪ੍ਰਿੰਸੀਪਲਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਨੇ ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੜਾਉਂਦੇ ਸਮੇਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੁਹਾਨੂੰ ਦੱਸਿਆ ਕਿ ਇਸ ਟ੍ਰੇਨਿੰਗ ਤੋਂ ਵਾਪਸ ਆਏ ਪ੍ਰਿੰਸੀਪਲ ਨੇ ਆਪਣਾ ਤਜਰਬਾ ਸਾਂਝਾ ਕਰਦੇ ਦੱਸਿਆ ਕਿ ਪੰਜਾਬ ਵਿੱਚ ਪੈਰਾਡਾਈਮ ਤਕਨੀਕ ਨਾਲ ਸਿੱਖਿਆਤੀ ਜਾਵੇਗੀ ਇਸ ਤਕਨੀਕ ਦੇ ਵਿੱਚ ਸਿੱਖਿਆ ਵਿਦਿਆਰਥੀ ਕੇਂਦਰਿਤ ਹੈ ਅਤੇ ਕਿਤਾਬਾਂ ਦੀ ਬਜਾਏ ਵਿਦਿਆਰਥੀ ਵਿਸ਼ਾ ਹੈ ਪ੍ਰਿੰਸੀਪਲ ਨੂੰ ਕਈ ਤਰ੍ਹਾਂ ਦੀ ਤਕਨੀਕ ਸਿਖਾਈ ਗਈ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਪੜਾਉਣ ਦੇ ਸਮੇਂ ਨਿਪੁੰਨਤਾ ਤੇ ਕੁਸ਼ਲਤਾ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਇਨਾਂ ਹੀ ਨਹੀਂ ਪ੍ਰਿੰਸੀਪਲ ਨੂੰ ਜੁਆਇਫੁਲ ਲਰਨਿੰਗ ਦਾ ਵਿਜ਼ਨ ਆ ਮਿਸ਼ਨ ਦਾ ਟੀਚਾ ਆਫਸੀ ਗਿਆਨ ਦਾ ਪ੍ਰਸਾਰ ਬੱਚਿਆਂ ਵਿੱਚ ਰਾਸ਼ਟਰਵਾਦੀ ਭਾਵਨਾ ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਦਿਆਰਥੀ ਦੇ ਅਧਿਆਪਕਾਂ ਵਿਚਕਾਰ ਸਾਂਝੀ ਸਮਝ ਸਮਾਜਿਕ ਭਾਗੀਦਾਰੀ ਸ਼ਾਮਿਲ ਹੈ ਤਾਂ ਪਿਆਰੇ ਦਰਸ਼ਕੋ ਇਸ ਹਨ ਸਮੇਂ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੇਵੇਗੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ